ਠੀਕ ਹੈ ਜੀ, ਬੁਲਾਈਏ ਫਿਰ। ਬਿਲਕੁਲ, ਤੋ ਆਓ ਜੀ, ਇੰਤਜ਼ਾਰ ਦੀਆਂ ਘੜੀਆਂ ਨੂੰ ਖਤਮ ਕਰਦੇ ਹੋਏ ਉਸ ਪੰਜਾਬ ਦੀ ਧੀ ਨੂੰ ਮੰਚ ਤੇ ਸੱਦਾ ਦੇਵਾ, ਜਿਨ੍ਹਾਂ ਦੇ ਗੀਤਾਂ ਨੂੰ ਤੁਸੀਂ ਬਹੁਤ ਸਾਰਾ ਪਿਆਰ ਦਿੰਦੇ ਹੋ, ਮਕਬੂਲਦੇ ਹੋ, ਤੇ ਆਓ ਪੰਜਾਬ ਦੀ ਧੀ ਖੁੱਲੇ ਖਾੜਿਆਂ ਦੀ ਸ਼ਾਨ ਔਰ ਪੰਜਾਬੀ ਮੇਲਿਆਂ ਦੀ ਜਿੰਦ ਜਾਨ, ਤੁਹਾਡੇ ਜ਼ੋਰਦਾਰ ਤਾੜੀਆਂ ਵਿਚਕਾਰ ਸਾਡੇ ਭੈਣ ਜੀ ਅਮਨ ਰੋਜੀ ਰੋਜੀ। ਔਰ ਜਿਤਿੰਦਰ ਜੀਤੂ ਭਾਜੀ ਬਹੁਤ ਅੱਛੇ ਫਨਕਾਰ, ਸੰਗੀਤ ਜਗਤ ਦਾ ਬੜਾ ਵੱਡਾ ਨਾਮ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਬਟਾਲੇ ਵਾਲਿਓ ਤਾੜੀ ਲਾ ਕੇ ਦੱਸ ਦਿਓ, ਸਾਰੇ ਚੜ੍ਹਦੀ ਕਲਾ 'ਚ ਬੈਠੇ ਹੋ, ਸੋ ਕਿਆ ਬਾਤ ਹੈ ਜੀ। ਬਾਬਾ ਟਕੁੰਜ ਪੀਰ ਜੀ ਦੇ ਦਰਬਾਰ 'ਤੇ ਤੁਸੀਂ ਜਿੰਨੀ ਵੀ ਸੰਗਤ ਅੱਜ ਹਾਜ਼ਰੀ ਲਗਾਉਣ ਪਹੁੰਚੇ ਹੋ, ਬਾਬਾ ਜੀ ਤੁਹਾਡੀਆਂ ਦਰ ਹਾਜ਼ਰੀਆਂ ਪ੍ਰਵਾਨ ਕਰਨ, ਤੁਹਾਡੀਆਂ ਹਰ ਮਨੋਕਾਮਨਾਵਾਂ ਪੂਰੀਆਂ ਕਰਨ। ਸੋ ਮੈਂ ਸਪੈਸ਼ਲ ਧੰਨਵਾਦ ਕਰਾਂਗੀ ਜਿੱਥੇ ਪੂਰਾ ਮੇਲਾ ਪ੍ਰਬੰਧਕ ਕਮੇਟੀ ਦਾ, ਔਰ ਇੱਕ ਤਾੜੀ ਸਾਡਾ ਭਰਾ ਜਿਹਨੇ ਬਹੁਤ ਆਪਣਾ ਨਾਮ ਕਮਾਇਆ ਜੀ ਆਪਣੇ ਸੰਗੀਤਿਕ ਦੇ ਕੇ, ਬੜੇ ਹੀ ਸੁਪਰ ਹਿੱਟ ਗਾਣੇ ਦਿੱਤੇ ਹੈ, ਜਤਿੰਦਰ ਜੀਤੂ ਜੀ ਹੋਣਾਂ ਦੇ ਨਾਤੇ ਤਾੜੀ ਲਾ ਦਿਓ, ਜਿਨ੍ਹਾਂ ਦੀ ਬਦੌਲਤ ਮੈਂ ਅੱਜ ਤੁਹਾਡੇ ਦਰਸ਼ਨ ਕਰ ਰਹੀ ਹਾਂ ਰੱਬ ਵਰਗੇ ਸਰੋਤਿਆਂ ਦੇ। ਸੋ ਬਹੁਤੀਆਂ ਗੱਲਾਂ ਨਾ ਕਰਦੇ ਹੋਏ, ਟਾਈਮ ਪਹਿਲਾਂ ਹੀ ਬਹੁਤ ਥੋੜ੍ਹਾ ਹੈ, ਬਸ ਇੱਕ ਭਰਾ ਨੂੰ ਜਵਾਬ ਨਹੀਂ ਦੇ ਪਾਏ, ਸੋ ਇੱਕ ਦੋ ਗੀਤਾਂ ਨਾਲ ਹਾਜ਼ਰੀ, ਉਸ ਤੋਂ ਬਾਅਦ ਤੁਹਾਡੇ ਤੋਂ। ਸੋ ਸਿਆਣੇ ਕਹਿੰਦੇ ਆ ਜੀ, ਜਿਨ੍ਹਾਂ ਦੇ ਵਿਆਹ 'ਤੇ ਆਈਏ ਉਹਨਾਂ ਦੀਆਂ ਘੋੜੀਆਂ ਗਾਉਣੀਆਂ ਜ਼ਰੂਰੀ ਹੈ, ਸੋ ਦਾਤਿਆਂ ਦਾ ਗੁਣਗਾਨ ਕਰਦੇ ਹਾਂ ਜੀ।